ਸਾਲ ਦਾ ਸ਼ਾਹਕਾਰ ਕਸੀਦਾ ਹੈ, ਮੈਂ ਪੰਜਾਬੀ ਵੀ ਪੜੂੰਗਾ ਤੋ ਉਸਮੇ ਮੌਲਾ ਕੇ ਫਜ਼ਾਇਲ ਹੀ ਪੜੂੰਗਾ। ਪ੍ਰੋਗਰਾਮ ਹੋਵੇ ਤੇ ਸੌਖੀਆਂ ਸੌਖੀਆਂ ਦੋ ਚਾਰ ਗੱਲਾਂ ਆਪਣੇ ਰਿਵਾਇਤੀ ਅੰਦਾਜ਼ ਵਿੱਚ ਮੈਂ ਕਰਾਂ ਸਕਲੈਨ। ਖੁਦਾ ਦੇ ਕੁੱਲ ਜਹਾਨਾ ਤੇ ਹਕੂਮਤ ਪੰਜਾ ਬਾਰਾਂ ਦੀ, ਖੁਦਾ ਦੇ ਕੁੱਲ ਜਹਾਨਾ ਤੇ ਹਕੂਮਤ ਪੰਜਾ ਬਾਰਾਂ ਦੀ, ਖੁਦਾ ਦੇ ਕੁੱਲ ਜਹਾਨਾ ਤੇ ਹਕੂਮਤ ਪੰਜਾ ਬਾਰਾਂ ਦੀ, ਖੁਦਾ ਦੇ ਕੁੱਲ ਜਹਾਨਾ ਤੇ ਹਕੂਮਤ ਪੰਜਾ ਬਾਰਾਂ ਦੀ, ਖੁਦਾ ਦੇ ਕੁੱਲ ਜਹਾਨਾ ਤੇ ਹਕੂਮਤ ਪੰਜਾ ਬਾਰਾਂ ਦੀ, ਖੁਦਾ ਦੇ ਕੁੱਲ ਜਹਾਨਾ ਤੇ ਹਕੂਮਤ ਪੰਜਾ ਬਾਰਾਂ ਦੀ। ਜਬਣ ਜਾਵੇ ਕੋਈ ਮੁਸ਼ਕਿਲ ਪੁਕਾਰ ਸੁਣੋ, ਜੋ ਕਰਦਾ ਹੈ ਹਰ ਕਰਮ ਦੀਆਂ ਬਾਰਿਸ਼ਾਂ ਕਰਨਾ, ਪੰਜਾਂ ਬਾਰਾਂ ਦੀ ਕਰਮ ਦੀਆਂ ਬਾਰਿਸ਼ਾਂ ਕਰਨਾ, ਰਿਵਾਇਤ ਪੰਜਾਂ ਬਾਰਾਂ ਦੀ ਕਰਮ ਦੀਆਂ ਬਾਰਿਸ਼ਾਂ ਕਰਦਾ। ਹੱਥ ਉੱਠ ਸਕਦਾ ਉਹਦਾ ਜ਼ਰੂਰ ਉੱਠੇ, ਸ਼ਾਬਾਸ਼ ਮੇਰਾ ਬੇਟਾ। ਬਾਹਰ ਵਾਲੇ ਬੰਦੇ ਜ਼ਹਿਰ ਭਾਈ, ਬਾਰਾਂ ਦੀ ਕਰਮ ਦੀਆਂ ਬਾਰਿਸ਼ਾਂ ਕਰਨਾ, ਰਿਵਾਇਤ ਪੰਜਾਂ ਬਾਰਾਂ ਦੀ ਕਰਮ ਦੀਆਂ ਬਾਰਿਸ਼ਾਂ ਕਰਨਾ, ਰਿਵਾਇਤ ਪੰਜਾਂ ਬਾਰਾਂ ਦੀ। ਸ਼ੇਰ ਸੁਣਨਾ ਬਾਬਾ ਜੀ, ਹਕੀਕਤ ਕੁੰ ਤੋ ਕਹਿੰਦੇ ਜਿਵੇਂ ਆਲੇ ਨਬੀ ਜਾਣੇ, ਹਕੀਕਤ ਕੁੰ ਤੋ ਕਹਿੰਦੇ ਜਿਵੇਂ ਆਲੇ ਨਬੀ ਜਾਣੇ, ਫਕਤ ਜਾਤੇ ਖੁਦਾ ਜਾਣੇ ਹਕੀਕਤ ਪੰਜਾਂ ਬਾਰਾਂ ਦੀ, ਫਕਤ ਜਾਤੇ ਖੁਦਾ ਜਾਣੇ ਹਕੀਕਤ ਪੰਜਾਂ ਬਾਰਾਂ ਦੀ, ਫਕਤ ਜਾਤੇ ਖੁਦਾ ਜਾਣੇ ਹਕੀਕਤ ਪੰਜਾਂ ਬਾਰਾਂ ਦੀ, ਫਕਤ ਜਾਤੇ ਸੌਖਾ। ਮੈਨੂੰ ਕੁਝ ਨਹੀਂ ਆਉਂਦਾ, ਸੁਣ ਲਓ ਸ਼ੇਰ, ਸੁਣ ਲਓ ਸ਼ੇਰ, ਸੁਣ ਲਓ ਸ਼ੇਰ, ਸੁਣ ਲਓ ਕੀ ਨਜ਼ਾਰਾ ਬਣਨਾ। ਮੈਂ ਨਹੀਂ ਜਾਣਦਾ ਲੰਗ ਸੂਲੀ ਤੇ ਵੀ ਕਰ ਗਏ ਹਮਾਇਤ ਪੰਜਾਂ ਬਾਰਾਂ ਦੀ, ਲੰਗ ਸੂਲੀ ਤੇ ਵੀ ਕਰ ਗਏ ਹਮਾਇਤ ਪੰਜਾਂ ਬਾਰਾਂ ਦੀ। ਮੈਂ ਤੇ ਬੋਲਦਾ ਬੰਦਾ ਗਿਣਨਾ ਹੈ, ਜਿਹੜਾ ਬੋਲੇਗਾ ਹੱਥ ਉੱਠਿਆ ਨਹੀਂ ਸਿਰਫ, ਹੱਥ ਉਠਾ ਹੈਦਰ। ਲਾਏ ਵਾਲੇ ਜਿੰਨੇ ਮੇਰੇ ਵੀਰ ਨੇ ਇਹਦਾ ਕਲਿੱਪ ਬਣੇ, ਕਬਰ ਬਰ ਜ਼ਖ ਤੇ ਤੋ ਜ਼ਖ ਤਾ ਡਰਨ ਦੀ ਲੋੜ ਹੀ ਕੋਈ ਨਹੀਂ, ਕਬਰ ਬਰ ਜ਼ਖ ਤੇ ਤੋ ਜ਼ਖ ਤਾ ਡਰਨ ਦੀ ਕਿਉਂ ਕੋਈ ਨਹੀਂ, ਅਗਰ ਝੋਲੀ ਦੇ ਵਿੱਚ ਹੋਵੇ ਵਿਲਾਇਤ ਪੰਜਾਂ ਬਾਰਾਂ ਦੀ, ਅਗਰ ਝੋਲੀ ਦੇ ਵਿੱਚ ਹੋਵੇ ਵਿਲਾਇਤ ਪੰਜਾਂ ਬਾਰਾਂ ਦੀ, ਅਗਰ ਝੋਲੀ ਸੌਖੀਆਂ ਗੱਲਾਂ ਦੋ ਰਹਿ ਗਈਆਂ ਬੰਦੇ ਮੈਂ ਤਾੜ ਲੈਣ ਜਿਹੜੇ ਸੁੱਤੇ ਪਏ। ਮਿਲੇ ਸਤ ਬਚੜੇ ਰਾਹਿਬ ਨੂੰ ਤੇ ਜਗ ਨੂੰ ਆਖਦਾ ਜਾਵੇ, ਮਿਲੇ ਸਤ ਬਚੜੇ ਰਾਹਿਬ ਨੂੰ ਤੇ ਜਗ ਨੂੰ ਆਖਦਾ ਜਾਵੇ, ਜੋ ਨਹੀਂ ਤਕਦੀਰ ਵਿੱਚ ਲਿਖਣਾ ਹੈ ਆਦਤ ਪੰਜਾਂ ਬਾਰਾਂ ਦੀ, ਜੋ ਨਹੀਂ ਤਕਦੀਰ ਵਿੱਚ ਲਿਖਣਾ ਹੈ। ਹੱਥ ਉਠਾਓ ਹੈਦਰ, ਬੋਲੋ ਤੁਸੀਂ, ਬੋਲ ਯਾਰ। ਹੱਥ ਉੱਚਾ ਹੈਦਰੀ, ਫਿਰ ਬੋਲੋ ਹੈਦਰੀ।
ਜਿਹਨੂੰ ਟੁੱਕਰ ਨਜਫ ਦਾ ਸ਼ਾਹ ਦਿੰਦਾ ਹੈ, ਹੱਕ ਅਦਾ ਕਰੇ ਹੈਦਰੀ। ਪਿਛਲੇ ਬੋਲੋ ਹੈਦਰੀ। ਜੋ ਨਹੀਂ ਤਕਦੀਰ ਵਿੱਚ ਲਿਖਣਾ ਹੈ ਲਾਜਤ ਪੰਜਾ ਬਾਰਾਂ ਦੀ, ਜੋ ਨਹੀਂ ਤਕਦੀਰ ਵਿੱਚ ਲਿਖਣਾ ਹੈ। ਠਾ 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 ਠਾ। ਅਗਲਾ ਸ਼ੇਰ ਮੈਂ ਮਜਮੇ ਵਾਸਤੇ ਨਹੀਂ, ਬੰਦੇ ਹੈਰਾਨ ਹੋ ਗਏ ਨੇ ਫਿਰ ਕਿਹਦੇ ਵਾਸਤੇ, ਕੌਮ ਵਾਸਤੇ ਪੜ੍ਹਨ ਲੱਗਾ। ਇਹ ਕੌਮ ਬੈਠੀ ਹੈ ਮੇਰੇ ਸਾਹਮਣੇ, ਮੈਂ ਕਦੀ ਮਜਮਾ ਨਹੀਂ ਗਿਣਿਆ, ਮੈਂ ਕੌਮ ਗਿਣਨਾ। ਇਹ ਸ਼ੀਆ ਕੌਮ ਹੈ ਅਤੇ ਗੈਰਤਮੰਦ ਅਤੇ ਜਾਗਦੀ ਕੌਮ ਹੈ। ਆਪਣੀ ਤਰਫੋਂ ਬਹੁਤ ਬੜੀ ਅਜ਼ਾਦਾਰੀ 'ਚ ਖਲੋ ਕੇ, ਲਾਊਡ ਸਪੀਕਰ ਦੇ ਸਾਹਮਣੇ ਲਾਈਵ ਕੈਮਰਿਆਂ ਦੀ ਜ਼ੱਦ 'ਚ ਖਲੋ ਕੇ, ਅਜ਼ਾਦਾਰਾਂ ਅਤੇ ਮਾਤਮੀਆਂ ਨੂੰ ਸਾਦਾ ਤੋਂ ਮੋਮਿਨੀਨ ਨੂੰ ਨਾਲ ਰਲਾ ਕੇ, ਤੁਹਾਡੀ ਤਰਫੋਂ ਆਪਣੀ ਤਰਫੋਂ ਦੁਨੀਆਂ ਨੂੰ ਇੱਕ ਪੈਗਾਮ ਦੇ ਕੇ ਜਾ ਰਿਹਾ। ਕੀ ਮੰਦਰ ਬਣੇਗਾ, ਕਿਤਨੀ ਤਾਈਦ ਹੋਵੇਗੀ, ਇਹ ਮੈਂ ਨਹੀਂ ਜਾਣਦਾ, ਤੂੰ ਜਾਣ ਅਤੇ 14 ਦਾ ਬਾਬਾ ਜਾਣੇ। ਮੈਂ ਰੋਸ਼ਨਪੁਰੇ ਮੰਡੀ ਬਹਾਉਦੀਨ ਦਸ ਸਫ਼ਰ ਦੀ ਅਲਮਦਾਲੇ ਕਰਬਲਾ ਦੀ ਅਜ਼ੀਮ ਅਦਾਰੀ 'ਚ ਖਲੋ ਕੇ ਪੀਰ ਹਸਨਾਥ ਸ਼ਾਹ ਜੀ, ਪੀਰ ਅਕਮਲ ਸ਼ਾਹ ਜੀ ਅਤੇ ਚੈਲੰਜ ਕਰਕੇ ਜਾਗਦੇ ਬੰਦੇ ਨੂੰ ਨਾ ਰਲਾ ਕੇ ਪਿਆਦਾ ਹੋਵੇ ਦੁਸ਼ਮਣ ਵੀ ਸਯਦਾ ਜੰਨਤ ਵੀ ਚਲਾ ਜਾਵੇ, ਕਿਸੇ ਦੇ ਪਿਓ ਦੀ ਨਹੀਂ ਜੰਨਤ ਵਿਰਾਸਤ ਪੰਜਾਬ।